ਦਸ਼ਮੇਸ਼ ਇੰਸਟੀਟਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਿਸ, ਜੋ ਕਿ ਫਰੀਦਕੋਟ ਵਿਖੇ ਸਥਿਤ ਹੈ। ਇਹ ਸੰਸਥਾ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਹੂਲਤਾਂ ਦੇ ਰਹੀ ਹੈ। ਬੀਤੇ ਦਿਨੀਂ ਇੰਸਟੀਟਿਊਟ ਵਿਖੇ ਐਲੂਮਨਾਈ ਮੀਟ ਬੜੀ ਹੀ ਧੂਮਧਾਮ ਨਾਲ ਕਰਵਾਈ ਗਈ। ਇਸ ਮੌਕੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ। ਸਾਡੀ ਪੰਜਾਬ ਪਲੱਸ ਟੀਮ ਨੇ ਇਸ ਮੌਕੇ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ 'ਤੇ। Thank you.
ਅੱਜ ਦਸ਼ਮੇਸ਼ ਇੰਸਟੀਟਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਿਸ ਫਰੀਦਕੋਟ ਵਿਖੇ ਸਾਲਾਨਾ ਕਨਵੋਕੇਸ਼ਨ ਅਕੈਡਮਿਕ ਅਵਾਰਡ ਫੰਕਸ਼ਨ ਅਤੇ ਐਲੂਮਨਾਈ ਮੀਟ ਦਾ ਫੰਕਸ਼ਨ ਆਯੋਜਿਤ ਕੀਤਾ ਗਿਆ।
ਅੱਜ ਡੈਂਟਿਸਟ ਵੀ ਡੇ ਹੈ। ਸਾਰੇ ਡੈਂਟਿਸਟ ਭਰਾਵਾਂ ਨੂੰ ਅਤੇ ਮੇਰੇ ਸਾਰੀ ਭੈਣਾਂ ਨੂੰ, ਸਾਰੇ ਪਰਿਵਾਰ ਨੂੰ, ਡੈਂਟਿਸਟ ਪਰਿਵਾਰ ਨੂੰ ਬਹੁਤ ਬਹੁਤ ਵਧਾਈ। ਅੱਜ ਇਸ ਕਨਵੋਕੇਸ਼ਨ ਦੇ ਵਿੱਚ ਸਾਡੇ ਇਸ ਕਨਵੋਕੇਸ਼ਨ ਦੇ ਚੀਫ ਗੈਸਟ ਹਨ ਡਾਕਟਰ ਪ੍ਰੋਫੈਸਰ ਮਹੇਸ਼ ਵਰਮਾ, ਵਾਈਸ ਚਾਂਸਲਰ ਇੰਦਰਪ੍ਰਸਥ ਯੂਨੀਵਰਸਿਟੀ ਨਿਊ ਦਿੱਲੀ, ਅਤੇ ਨਾਲ ਹੀ ਗੈਸਟ ਆਫ ਆਨਰ ਸੀ ਪ੍ਰੋਫੈਸਰ ਡਾਕਟਰ ਓ ਪੀ ਖਰਬੰਦਾ, ਫਾਰਮਰ ਚੀਫ ਸੈਂਟਰ ਆਫ ਡੈਂਟਲ ਐਜੂਕੇਸ਼ਨ ਐਂਡ ਰਿਸਰਚ, ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਨਿਊ ਦਿੱਲੀ। ਅਤੇ ਉਹਨਾਂ ਨੇ ਕੱਲ੍ਹ ਹੀ ਐਜ਼ ICMR ਦੇ ਚੇਅਰ ਦਾ ਅਹੁਦਾ ਵੀ ਸੰਭਾਲਿਆ ਹੈ। ਦੋਨੋਂ ਹੀ ਬੜੇ ਹੀ ਵਿਦਵਾਨ ਅਕੈਡਮੀਸ਼ੀਅਨ, ਬਹੁਤ ਹੀ ਸੀਨੀਅਰ ਡਾਕਟਰਸ ਡੈਂਟਲ ਪ੍ਰੋਫੈਸ਼ਨ ਦੇ ਮੰਨੇ ਪ੍ਰਵੰਨੇ ਹਨ, ਜਿਹੜੇ ਕਿ ਉਹਨਾਂ ਨੇ ਡਿਗਰੀਆਂ ਪ੍ਰਦਾਨ ਕੀਤੀਆਂ। 103 BDS ਬੱਚੇ ਅਤੇ ਕਰੀਬ 24 MDS ਬੱਚਿਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਅਤੇ ਇਸ ਤੋਂ ਬਾਅਦ ਜਿਹੜੇ ਬੱਚੇ ਸਾਲਾਨਾ ਸਾਡੇ BDS ਫਸਟ ਈਅਰ, ਸੈਕਿੰਡ ਈਅਰ, ਥਰਡ ਈਅਰ ਅਤੇ ਫਾਈਨਲ ਈਅਰ ਵਿੱਚ ਫਸਟ ਆਉਂਦੇ ਹਨ, ਯੂਨੀਵਰਸਿਟੀ 'ਚ ਪ੍ਰਾਪਤੀਆਂ ਕਰਦੇ ਹਨ, ਉਹਨਾਂ ਨੂੰ ਗੋਲਡ ਮੈਡਲਸ ਅਤੇ ਲੱਖ ਲੱਖ ਰੁਪਏ ਦੀ ਜਿਹੜੀ ਸਕੋਲਰਸ਼ਿਪ ਵੀ ਦਿੱਤੀ ਗਈ। ਸਾਡਾ ਦਸ਼ਮੇਸ਼ ਡੈਂਟਲ ਕਾਲਜ ਦੀ ਮੈਨੇਜਮੈਂਟ ਅਕੈਡਮਿਕ ਵਾਸਤੇ ਸਾਰੇ ਬੱਚਿਆਂ ਨੂੰ ਹਰ ਸਾਲ ਪ੍ਰੋਤਸਾਹਿਤ ਕਰਦੀ ਰਹਿੰਦੀ ਹੈ। ਇਸ ਸਾਲ ਫਸਟ ਈਅਰ ਅਤੇ ਸੈਕਿੰਡ ਈਅਰ ਦੇ ਵਿੱਚ ਜਿਹੜੇ ਬੱਚੇ ਸਾਡੇ ਫਸਟ ਆਏ ਹੈ, ਉਹ ਯੂਨੀਵਰਸਿਟੀ ਵਿੱਚ ਵੀ ਫਸਟ ਆਏ ਹਨ। ਅਤੇ ਉਸੇ ਤਰੀਕੇ ਨਾਲ ਪੁਸ਼ਾਲੀ ਅਤੇ ਇੱਕ ਨਿਤਿਨਪ੍ਰੀਤ ਥਰਡ ਅਤੇ ਫਾਈਨਲ ਈਅਰ ਦੇ ਜਿਹੜੇ ਬੱਚੇ ਹੈ, ਉਹ ਯੂਨੀਵਰਸਿਟੀ ਵਿੱਚ ਸੈਕਿੰਡ ਆਏ ਹਨ। ਅਤੇ ਥਰਡ ਦੀ ਪੁਜੀਸ਼ਨ ਵੀ ਸਾਡੀ ਫਾਈਨਲ ਈਅਰ ਦੀ ਸਾਡੀ ਕੁੜੀ ਫੁੱਲਪ੍ਰੀਤ ਕੌਰ ਨੇ ਲਿੱਤੀ ਹੈ। ਫੋਰਥ ਅਤੇ ਫਿਫਥ ਫਾਈਨਲ ਈਅਰ ਦੇ ਵੀ ਇਸ ਤਰੀਕੇ ਨਾਲ ਸਾਡੇ ਕਈ ਟੌਪ ਦੀ ਯੂਨੀਵਰਸਿਟੀ ਪੁਜੀਸ਼ਨਾਂ ਜਿਹੜੀਆਂ ਹੈਗੀਆਂ ਉਹ ਸਾਡੇ ਕਾਲਜ ਦੇ ਬੱਚਿਆਂ ਨੇ ਪ੍ਰਾਪਤ ਕੀਤੀਆਂ ਹਨ। ਔਰਥੋਡੋਂਸ਼ੀਆ ਦੇ ਵੀ ਸਪੈਸ਼ਲਟੀ ਦੇ ਵਿੱਚ ਸਾਡੇ ਬੱਚੀ ਨੇ ਯੂਨੀਵਰਸਿਟੀ ਦੇ ਵਿੱਚ ਫਸਟ ਰੈਂਕ ਪ੍ਰਾਪਤ ਕੀਤਾ ਹੈਗਾ। ਤੋ ਕਹਿਣ ਦਾ ਭਾਵ ਇਹ ਹੈਗਾ ਕਿ ਸਾਡੇ ਕਾਲਜ ਦੇ ਸਾਰੇ ਹੀ ਬੱਚੇ ਬਹੁਤ ਵਧੀਆ ਅਕੈਡਮਿਕ ਰਿਕਾਰਡ ਦੇ ਕੇ ਆਪਣਾ, ਅੱਜ ਉਹਨਾਂ ਨੇ ਗੋਲਡ ਮੈਡੇਲੀਅਨ ਅਤੇ ਨਾਲ ਸਕੋਲਰਸ਼ਿਪ ਦੀ ਪ੍ਰਾਪਤੀਆਂ ਕੀਤੀਆਂ। ਇਸ ਫੰਕਸ਼ਨ ਦੇ ਵਿੱਚ ਸਾਡੇ ਕੁਛ ਡੋਨਰਸ ਹੈਗੇ ਹੈ, ਡਾਕਟਰ ਮਰਵਾਹਾ, ਅਮਰੀਕ ਸਿੰਘ ਜੀ, ਪ੍ਰਿਥੀਪਾਲ ਸਿੰਘ ਜੀ, ਹਰਪ੍ਰੀਤ ਹਰਬੰਸ ਕੌਰ, ਅਤੇ ਇਹਨਾਂ ਦੇ ਨਾਂ ਦੇ ਸਾਡੇ ਕੁਛ ਅਵਾਰਡ ਵੀ ਚੱਲਦੇ ਹਨ, ਉਹ ਅਵਾਰਡ ਵੀ ਦਿੱਤੇ ਜਾਂਦੇ। ਅੱਜ ਅਸੀਂ 600 ਕਿਲੋਵਾਟ ਦਾ ਇੱਕ ਇੰਡੀਪੈਂਡੈਂਟ ਸੋਲਰ ਯੂਨਿਟ ਦਾ ਵੀ ਉਦਘਾਟਨ ਕੀਤਾ ਹੈਗਾ। ਸਾਡਾ ਸਾਰਾ ਡੈਂਟਲ ਕਾਲਜ ਦੀ ਸਾਰੀ ਰੂਫਸ, ਆਲਮੋਸਟ ਸਾਰੀਆਂ ਰੂਫਸ ਦੇ ਵਿੱਚ ਸੋਲਰ ਪੈਨਲ ਲੱਗਣ ਦੇ ਨਾਲ ਅਸੀਂ ਜਿਹੜੀ ਊਰਜਾ ਨੂੰ ਅਸੀਂ ਯੂਟੀਲਾਈਜ਼ ਕਰਾਂਗੇ, ਸੋਲਰ ਦੀ ਊਰਜਾ ਨੂੰ ਯੂਟੀਲਾਈਜ਼ ਕਰਾਂਗੇ। ਇਹ ਪ੍ਰੋਜੈਕਟ ਹਰਟੇਕ ਸੋਲਰ ਸਿਸਟਮ ਵੱਲੋਂ ਐਗਜ਼ੀਕਿਊਟ ਕੀਤਾ ਗਿਆ ਹੈਗਾ। ਅੱਜ ਉਹਦਾ ਵੀ ਉਦਘਾਟਨ ਡਾਕਟਰ ਮਹੇਸ਼ ਵਰਮਾ ਅਤੇ ਡਾਕਟਰ ਓ ਪੀ ਖੁਰਬੰਦਾ ਜੀ ਨੇ ਕੀਤਾ ਹੈ।